ਅੱਗੇ ਫੜਦੇ ਚਿੜੀ ਸਾਡੀ ਪਿੰਜਰੇ 'ਚੋਂ ਨਿਕਲ ਕੇ ਉੱਡ ਗਈ ਆ ਅਤੇ ਫੜਨ ਚੱਲੇ ਹਾਂ ਅਤੇ ਉਹ ਭਾਅ ਜੀ ਕਮਾਦ ਵਿੱਚ ਗਏ ਆ ਫੜਨ ਅਤੇ ਆਪਾਂ ਵੀ ਚੱਲਦੇ ਵੇਖ ਕੇ ਆਉਂਦੇ ਹਾਂ ਵੀ ਭਾਈ ਫੜੀ ਗਈ ਫੜੀ ਗਈ ਹਜੇ ਲਓ ਜੀ ਕਰੋ ਚੈੱਕ ਜੀ ਅੱਖਾਂ ਬੰਦ ਜੀ ਹਲੇ ਅਤੇ ਇਹ ਹਲੇ ਹੈਗੇ ਜੀ ਦਸ ਦਸ ਕੁ ਦਿਨ ਦੇ ਮਹਾਈ ਆ ਸੱਤ ਅੱਠ ਦਿਨ ਦੇ ਦਸ ਦਿਨ ਦੇ ਲਾ ਲਓ ਤੁਸੀਂ ਅਤੇ ਕਬੂਤਰਾਂ ਦੇ ਰੰਗ ਚੈੱਕ ਕਰੋ ਜੀ ਬੜੇ ਵੱਖਰੇ ਵੱਖਰੀ ਕੁਆਲਿਟੀ ਵੱਖਰੇ ਵੱਖਰੇ ਕਲਰ ਮਲਵਾਈ ਕਬੂਤਰ ਵੀ ਕੁਝ ਨਵੇਂ ਵਿੱਚ ਆਏ ਆ ਅਤੇ ਅਸੀਂ ਦੇਖ ਸਕਦੇ ਵੀ ਆਪਾਂ 100 ਵਾਟ ਦਾ ਬਲਬ ਲਗਾ ਦਿੱਤਾ ਵਾ ਅਤੇ ਸਾਡੀਆਂ ਬਜਿਸ ਫਿੰਚਸ ਅਤੇ ਸਾਰੀਆਂ ਦੇਖ ਸਕਦੇ ਹੋ ਹਾਂਜੀ ਕਿੱਦਾਂ ਸਰ ਜੀ ਠੀਕ ਠਾਕ ਹੋ ਸੋ ਆਸ ਕਰਦੇ ਸਾਰੇ ਵਧੀਆ ਹੋ ਗਏ ਠੀਕ ਠਾਕ ਹੋ ਗਏ ਅਤੇ ਲਓ ਜੀ ਅੱਜ ਆਪਾਂ ਜਾ ਰਹੇ ਹਾਂ ਜੀ ਕੁਝ ਵੱਖਰਾ ਜਿਹਾ ਕਰਨ ਅਤੇ ਅੱਜ ਲਿਆਂਦੇ ਲਈ ਜੇ ਆਪਾਂ ਕੋਈ ਬਰਡ ਲੈ ਕੇ ਆਉਣਾ ਵਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਅਤੇ ਹੋਰ ਵੀ ਨਵੇਂ ਨਵੇਂ ਬਰਡ ਬਹੁਤ ਆਏ ਆ ਗੱਲ ਕਰਦੇ ਹਾਂ ਜੀ ਆਪਾਂ ਲੱਕੀ ਭਾਈ ਦੀ ਅਤੇ ਉਹਨਾਂ ਦੇ ਕੋਲ ਕਾਫੀ ਬਰਡ ਆਏ ਆ ਅਤੇ ਜਿਨ੍ਹਾਂ ਵਿੱਚੋਂ ਆਪਾਂ ਇੱਕ ਜੋੜਾ ਇੱਕ ਪੇਅਰ ਲੈਣ ਚੱਲੇ ਹਾਂ ਅਤੇ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਠੀਕ ਹੈ ਜੀ ਕਿਉਂਕਿ ਸੜਕ ਵੀ ਬਹੁਤ ਖਰਾਬ ਆ ਤੁਸੀਂ ਤੁਸੀਂ ਵੀਡੀਓ ਪੂਰੀ ਹਿਲਦੀ ਆ ਸੋ ਮਿਲਦੇ ਜਾ ਕੇ ਤੁਹਾਨੂੰ ਉੱਥੇ ਠੀਕ ਹੈ ਜੀ ਪਹੁੰਚ ਗਏ ਹਾਂ ਲੱਖੀ ਭਾਈ ਦੇ ਕੋਲ ਤੁਹਾਨੂੰ ਵਿਖਾ ਦੇ ਯਾਰ ਇਹਨਾਂ ਨੇ ਜਿਹੜਾ ਕੁੱਤਾ ਲਿਆਂਦਾ ਸੀ ਅਤੇ ਤੁਹਾਨੂੰ ਉਹ ਵੀ ਵਿਖਾ ਦੇ ਲੈਬਰਾ ਡੋਗ ਆ ਅਤੇ ਆਹ ਤੁਸੀਂ ਚੈੱਕ ਕਰੋ ਪੂਰਾ ਪਿਓਰ ਆ ਅਤੇ ਫੁੱਲ ਪਿਓਰ ਇਹ ਵੀ ਸੇਲ ਕਰਨਾ ਵਾ ਅਤੇ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਜ਼ਰੂਰ ਸਾਨੂੰ ਕਮੈਂਟਾਂ 'ਚ ਦੱਸ ਦਿਓ ਤਾਂ ਆਪਾਂ ਤੁਹਾਨੂੰ ਫਿਰ ਦੱਸ ਦਾਂਗੇ ਜੋ ਵੀ ਇਹਦਾ ਪ੍ਰਾਈਜ਼ ਹੋਏਗਾ ਠੀਕ ਹੈ ਜੀ ਅਤੇ ਕਰਨ ਸਾਡੇ ਨਾਲ ਆ ਕਿਉਂ ਕਰਨ ਜੀ ਠੀਕ ਹੈ ਅਤੇ ਚੱਲਦੇ ਹਾਂ ਆਪਾਂ ਅੰਦਰ ਅਤੇ ਫਿਰ ਕਰਦੇ ਹਾਂ ਗੱਲਬਾਤ ਠੀਕ ਹੈ ਜੀ ਦੇਖੋ ਜੀ ਫਿਰ ਤੁਹਾਨੂੰ ਦਿਖਾ ਦਾਂ ਟਰਕੀ ਦਾ ਜੋੜਾ ਇਹ ਵੀ ਸੇਲ ਵਿੱਚ ਆ ਤਾਂ ਜ਼ਰੂਰ ਦੱਸਿਓ ਜੀ ਜੇ ਲੈਣਾ ਹੋਵੇ ਤਾਂ ਕਿਸੇ ਨੇ ਬਾਕੀ ਲੱਕੇ ਕਬੂਤਰ ਹੈਗੇ ਆ ਮੁਰਗੀਆਂ ਹੈਗੀਆਂ ਵਾ ਅਤੇ ਸੀਲ ਮੁਰਗਾ ਆਪ ਹੀ ਚੈੱਕ ਕਰੋ ਬਸ ਬਾਈ ਆਹ ਵੇਖੋ ਜੀ ਤੁਹਾਨੂੰ ਵਿਖਾ ਦੇ ਜੀ ਇੱਕ ਖਾਸ ਚੀਜ਼ ਖਾਸ ਮੁਰਗਾ ਅਤੇ ਇਹ ਤੇ ਤੁਹਾਨੂੰ ਵਿਖਾ ਦੇ ਆਹ ਵੇਖੋ ਜੀ ਚੈੱਕ ਕਰੋ ਇਹ ਵੀ ਸੇਲ ਵਿੱਚ ਆ ਠੀਕ ਹੈ ਜੀ ਸੋ ਇਹਦੇ ਬਾਰੇ ਜ਼ਰੂਰ ਦੱਸੋ ਵੀ ਇਹ ਮੱਕੀ ਕੁਆਲਿਟੀ ਕਿਹੜੀ ਮੱਕੀ ਨੂੰ ਕਹਿੰਦੇ ਵੀ ਕਿਹੜੀ ਬਰੀਡ ਕਿਹੜੀ ਆ ਸੋ ਜ਼ਰੂਰ ਦੱਸਿਓ ਠੀਕ ਹੈ ਜੀ ਬਹੁਤ ਵਧੀਆ ਵਾ ਅਤੇ ਵੈਸੇ ਤਾਂ ਲੱਗ ਹੀ ਗਿਆ ਸਾਰਿਆਂ ਨੂੰ ਪਤਾ ਵੀ ਕੀ ਚੀਜ਼ ਵਾ ਅਤੇ ਬਾਕੀ ਕਮੈਂਟ ਤੁਹਾਡੇ ਆਪਾਂ ਮੇਡ ਕਰਾਂਗੇ ਕਮੈਂਟਾਂ 'ਚ ਜ਼ਰੂਰ ਦੱਸਿਓ ਠੀਕ ਹੈ ਜੀ ਚਲ ਲਓ ਜੀ ਕਰੋ ਚੈੱਕ ਸਾਰੇ ਹੁਣ ਬਰਡ ਆ ਖੁੱਲ੍ਹੇ ਹੋਏ ਆ ਅਤੇ ਸਾਰੇ ਦਾਣੇ ਦੂਣੇ ਖਾ ਰਹੇ ਅਤੇ ਕਬੂਤਰਾਂ ਦੇ ਰੰਗ ਚੈੱਕ ਕਰੋ ਜੀ ਬੜੇ ਵੱਖਰੇ ਵੱਖਰੀ ਕੁਆਲਿਟੀ ਵੱਖਰੇ ਵੱਖਰੇ ਕਲਰ ਮਲਵਾਈ ਕਬੂਤਰ ਵੀ ਕੁਝ ਨਵੇਂ ਵਿੱਚ ਆਏ ਆ ਅਤੇ ਕੁਝ ਦੂਸਰੇ ਵੀ ਆ ਤੁਹਾਨੂੰ ਇੱਕ ਬੱਚਿਆਂ ਦਾ ਜੋੜਾ ਆਇਆ ਵਾ ਨਵਾਂ ਤੁਹਾਨੂੰ ਉਹ ਵਿਖਾਲਦੇ ਆ ਬਹੁਤ ਵਧੀਆ ਕਬੂਤਰ ਆ ਅਤੇ ਡਾਉਣ ਵਾਲੇ ਆ ਜੀ ਅਤੇ ਤੁਹਾਨੂੰ ਦਿਖਾਲਦੇ ਹੋ ਵੀ ਇੱਧਰ ਚੈੱਕ ਕਰੋ ਜੀ ਬਜਿਸ ਜਿਹੜੀਆਂ ਆਪਾਂ ਜੋੜਾ ਲੈਣ ਆਏ ਸੀ ਅਤੇ ਤੁਸੀਂ ਚੈੱਕ ਕਰੋ ਅਤੇ ਭਾਅ ਜੀ ਉਹਨਾਂ ਦੇ ਕੋਲ ਨਾ ਇੱਥੇ ਇਹਨਾਂ ਨੇ ਕਿਤੇ ਡੱਕਿਆ ਸੀ ਅੰਦਰ ਇਹਨਾਂ ਨੂੰ ਅਤੇ ਸ਼ਾਇਦ ਵਿੱਚ ਚੂਹਾ ਵੜ ਗਿਆ ਕੋਈ ਅਤੇ ਤੁਸੀਂ ਦੇਖ ਸਕਦੇ ਹੋ ਵੀ ਯਾਰ ਇਹਨਾਂ ਦੇ ਪੈਰ ਦੇ ਉੱਤੇ ਉਹਨਾਂ ਨੇ ਦੰਦੀ ਵੜ ਕੇ ਨਾ ਇੱਕ ਨੋਂ ਜਿਹੜਾ ਤੋੜ ਹੀ ਦਿੱਤਾ ਵਾ ਇੱਕ ਸਾਈਡ ਤੋਂ ਅਤੇ ਬਜਿਸ ਕਾਫੀ ਮੇਰੇ ਸਾਨੂੰ ਇਹ ਵੇਲੇ ਦਰਦ ਵਿੱਚ ਵਾ ਅਤੇ ਯਾਰ ਆਪਾਂ ਖੜ ਕੇ ਇਹਨੂੰ ਤਾਂ ਜ਼ਰੂਰ ਪਹਿਲਾਂ ਮੈਡੀਸਿਨ ਲਾਵਾਂਗੇ ਕੋਈ ਠੀਕ ਹੈ ਜੀ ਤਾਂ ਕਿ ਇਹਨਾਂ ਦੇ ਪੈਰ ਬਿਲਕੁਲ ਠੀਕ ਹੋ ਸਕਣ ਆਹ ਦੇਖੋ ਜਿਹੜੀ ਵਾਈਟ ਆ ਨਾ ਵਾਈਟ ਦਾ ਥੋੜ੍ਹਾ ਜਿਹਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵਾ ਇੱਕ ਸਾਈਡ ਦਾ ਨੋਂ ਟੁੱਟਾ ਹੋਇਆ ਦੇਖੋ ਤੇ ਉੱਪਰ ਨੂੰ ਹੋਇਆ ਵਾ ਯਾਰ ਬਹੁਤ ਦਰਦ ਹੁੰਦੀ ਹੋਣੀ ਆ ਚਲੋ ਆਪਾਂ ਨਾ ਇਹਨੂੰ ਲੈ ਕੇ ਜਾਵਾਂਗੇ ਅਤੇ ਇਹਨੂੰ ਜਾ ਕੇ ਉੱਥੇ ਟ੍ਰੀਟਮੈਂਟ ਕਰਾਂਗੇ ਠੀਕ ਹੈ ਜੀ ਸੋ ਆਪਾਂ ਇਹਨੂੰ ਰੱਖ ਦਈਏ ਹੁਣ ਜੋੜਾ ਵਾ ਕਬੂਤਰਾਂ ਦਾ ਪੱਠਿਆਂ ਦਾ ਉਹ ਵੀ ਭਾਈ ਨੇ ਸੇਲ ਕਰਨਾ ਵਾ ਅਤੇ ਤੁਹਾਨੂੰ ਮੈਂ ਦਿਖਾ ਦੇਵਾਂ ਕਬੂਤਰ ਬਹੁਤ ਜ਼ਬਰਦਸਤ ਵਾ ਅਤੇ ਡਾਰੀਆਂ ਡੂਰੀਆਂ ਵਾਲੇ ਬੱਚੇ ਆ
ਤੇ ਤੁਹਾਨੂੰ ਵਿਖਾ ਲੈਂਦੇ ਤੇ ਜ਼ਰੂਰ ਦੱਸਿਓ ਉਹਨਾਂ ਨੂੰ, ਉਹਨਾਂ ਬਾਰੇ ਵੀ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਜ਼ਰੂਰ ਕਮੈਂਟਾਂ ਵਿੱਚ ਦੱਸ ਦਿਓ, ਆਪਾਂ ਤੁਹਾਨੂੰ ਦੱਸ ਦਾਂਗੇ ਜੋ ਵੀ ਪ੍ਰਾਈਜ਼ ਹੋਏਗਾ। ਠੀਕ ਹੈ ਜੀ। ਆਓ ਵੀਰ ਜੀ ਕਰੋ ਚੈੱਕ, ਤੁਹਾਨੂੰ ਵਿਖਾਲਦੇ ਹਾਂ ਪੱਠੇ। ਆਹ ਲਓ ਜੀ, ਬਹੁਤ ਹੀ ਜ਼ਬਰਦਸਤ ਵਾ ਬੱਚੇ ਦੋਨੋਂ ਹੀ, ਅਤੇ ਇਹ ਹੈ ਜੀ ਸੇਲ, ਸੇਲ ਕਰਨੇ ਆ। ਸੋ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਓ ਜੇ ਕਿ ਵੀਰ ਨੂੰ ਚਾਹੀਦੇ ਹੁਣ, ਬਾਜ਼ੀਆਂ ਵਾਸਤੇ ਬਹੁਤ ਵਧੀਆ ਵਾ ਜੋੜਾ, ਦੋਨੋਂ ਪੱਠੇ ਆ। ਠੀਕ ਹੈ ਜੀ, ਬਾਕੀ ਸ਼ੌਕ ਤੁਸੀਂ ਕਰ ਸਕਦੇ ਹੋ ਇਹਨਾਂ ਦਾ। ਸੋ ਜ਼ਰੂਰ ਕਮੈਂਟਾਂ ਵਿੱਚ ਦੱਸੋ, ਫਿਰ ਤੁਹਾਨੂੰ ਦੱਸ ਦਾਂਗੇ ਜੋ ਵੀ ਇਹਦਾ ਪ੍ਰਾਈਜ਼ ਹੋਏਗਾ। ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾ ਦਾਂਗੇ ਆਪਣਾ, ਅਤੇ ਤੁਸੀਂ ਇੱਥੋਂ ਨੰਬਰ ਲੈ ਕੇ ਅਤੇ ਸਾਨੂੰ ਕਾਲ ਕਰ ਸਕਦੇ ਹਾਂ। ਠੀਕ ਹੈ ਜੀ। ਅਤੇ ਇੱਕ ਤੁਹਾਨੂੰ ਹੋਰ ਚੀਜ਼ ਦੱਸਦੇ ਹਾਂ ਵੀ ਇੱਕ ਛੋਟੇ ਛੋਟੇ ਪੱਪੀ ਜੋ ਆਪਣੇ ਪਮੇਰੀਅਨ ਕੁੱਤੀ ਦੇ ਬੱਚੇ ਆ, ਅਤੇ ਉਹ ਵੀ ਸੇਲ ਕਰਨੇ ਆ, ਅਤੇ ਦੋ ਬੱਚੇ ਹੈਗੇ, ਇੱਕ ਫੀਮੇਲ ਇੱਕ ਮੇਲ ਹੈਗਾ ਵਾ, ਤੁਹਾਨੂੰ ਕੁੱਤੀ ਦਿਖਾ ਦਿੰਦੇ ਪਹਿਲਾਂ। ਇਹ ਵਾਲੀ ਉਹ ਜੀ ਫੀਮੇਲ ਆ, ਇਹਦੇ ਬੱਚੇ ਆ ਦੋਨੋਂ ਹੀ। ਠੀਕ ਹੈ ਜੀ। ਅਤੇ ਬਹੁਤ ਵਧੀਆ ਵਾ, ਆ ਤੁਸੀਂ ਚੈੱਕ ਕਰੋ ਇੱਕ ਵਾਰੀ ਫਿਰ, ਅਤੇ ਦੋਨੋਂ ਵਾਈਟ ਬੱਚੇ ਆ, ਅਤੇ ਜੇ ਕਿਸੇ ਨੂੰ ਚਾਹੀਦੇ ਹੋ ਤਾਂ ਜ਼ਰੂਰ ਦੱਸਿਓ, ਫਿਰ ਇੱਕ ਵਾਰੀ ਵੇਖੋ ਬੱਚੇ ਵੇਖ ਦਿੰਦੇ ਆ। ਲਓ ਵੀਰੋ ਕਰੋ ਚੈੱਕ ਜੀ, ਇਹ ਦੋ ਬੱਚੇ ਜੇ, ਅਤੇ ਦੋਨੋਂ ਸੇਲ ਕਰਨੇ ਜੇ, ਫੁੱਲ ਕੁਆਲਿਟੀ, ਮਤਲਬ ਫੁੱਲ ਓਰੀਜਨਲ ਆ ਬਿਲਕੁਲ। ਠੀਕ ਹੈ ਜੀ। ਅਤੇ ਪ੍ਰਾਈਜ਼ ਵੀ ਤੁਹਾਨੂੰ ਦੱਸ ਦਾਂਗੇ ਨਾਲੇ, ਪਹਿਲਾਂ ਫੋਨ ਕਰ ਲਿਓ, ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਨੰਬਰ ਪਾ ਦੇਣਾ ਵਾ, ਤੁਸੀਂ ਨੰਬਰ 'ਤੇ ਕਾਲ ਕਰਿਓ, ਤੁਹਾਨੂੰ ਰੇਟ ਦੱਸ ਦਾਂਗੇ ਜੋ ਵੀ ਹੋਏਗਾ। ਠੀਕ ਹੈ ਜੀ। ਹਜੇ ਲਓ ਜੀ ਕਰੋ ਚੈੱਕ ਜੀ, ਅੱਖਾਂ ਬੰਦ ਜੀ ਹਲੇ, ਅਤੇ ਇਹ ਹਲੇ ਹੈਗੇ ਜੀ ਦਸ ਕੁ ਦਿਨ ਦੇ ਵਹਾਂ ਹੀ ਆ, ਸੱਤ ਅੱਠ ਦਿਨ ਦੇ, ਦਸ ਦਿਨ ਦੇ ਲਾ ਲਓ ਤੁਸੀਂ। ਅਤੇ ਜੇ ਚਾਹੀਦੇ ਹੋ ਤਾਂ ਜ਼ਰੂਰ ਦੱਸਿਓ ਜੀ, ਤੁਹਾਨੂੰ ਨੰਬਰ ਆਪਾਂ ਫਿਰ ਮੈਂ ਦੱਸ ਦੇਣਾ ਡਿਸਕ੍ਰਿਪਸ਼ਨ 'ਚ ਆਪਣਾ ਨੰਬਰ ਪਾ ਦਾਂਗੇ, ਸੋ ਜ਼ਰੂਰ ਦੱਸ ਦਿਓ, ਫਿਰ ਆਪਾਂ ਤੁਹਾਨੂੰ ਜੋ ਵੀ ਪ੍ਰਾਈਜ਼ ਹੋਏਗਾ ਦੱਸਾਂਗੇ। ਠੀਕ ਹੈ ਜੀ। ਓਕੇ ਜੀ। ਲੱਗੇ ਫੜਨ 'ਤੇ ਚਿੜੀ ਸਾਡੀ ਪਿੰਜਰੇ 'ਚੋਂ ਨਿਕਲ ਕੇ ਉੱਡ ਗਈ ਆ, ਅਤੇ ਫੜਨ ਚੱਲੇ ਹਾਂ, ਅਤੇ ਉਹ ਭਾਅ ਜੀ ਕਮਾਲ ਵਿੱਚ ਗਏ ਆ ਫੜਨ, ਅਤੇ ਆਪਾਂ ਵੀ ਚੱਲਦੇ ਵੇਖ ਕੇ ਆਉਂਦੇ ਹਾਂ ਵੀ ਭਾਅ ਜੀ ਫੜੀ ਗਈ ਫੜੀ ਫੜੀ ਗਈ ਫੜੀ ਹਾਂ। ਓ ਆਹ ਦੇਖੋ, ਚਲੋ ਉੱਥੇ ਤੁਸੀਂ ਆਪ ਲੈਂਦੇ ਦੰਦੀ ਫੜਦੀ ਪਈ ਆ। ਆਹ ਲਓ ਜੀ ਫੜੀ ਗਈ ਜੇ, ਅਤੇ ਹੁਣ ਤੁਹਾਨੂੰ ਦੱਸਿਓ ਕਿੱਥੋਂ ਆਈ ਆ, ਇਹ ਉਹ ਸਾਹਮਣੇ ਘਰ ਤੋਂ ਉੱਡ ਕੇ ਆਈ ਜੇ, ਅਸੀਂ ਲੱਗੇ ਸੀ ਪਾਉਣ ਇਹਨੂੰ ਲਿਫਾਫੇ 'ਚ, ਅਤੇ ਉੱਡ ਕੇ ਇੱਥੇ ਤੱਕ ਆ ਗਈ ਆ। ਚਲੋ ਇਹ ਵੀ ਵਾਪਸ ਮਿਲ ਗਈ ਸਾਨੂੰ, ਸਾਨੂੰ ਫਿਰ ਥੋੜ੍ਹੀ ਨਿਰਾਸ਼ਾ ਮਿਲਣੀ ਸੀ, ਇੱਕੋ ਹੀ ਸਾਨੂੰ ਚਿੜੀ ਮਿਲਣੀ ਸੀ, ਦੂਜੀ ਸਾਡੀ ਉੱਡ ਗਈ ਸੀ, ਅਤੇ ਚਲੋ ਦੂਸਰੀ ਵੀ ਮਿਲ ਗਈ, ਹੁਣ ਦੋਵੇਂ ਜੋੜਾ ਲੈ ਕੇ ਚੱਲਦੇ ਆਪਾਂ, ਅਤੇ ਦੋਨੋਂ ਫੀਮੇਲ ਆ। ਚਲੋ ਵਧੀਆ ਹੋ ਗਿਆ ਜੀ। ਅਤੇ ਲਓ ਜੀ ਇੱਧਰ ਲਿਫਾਫੇ 'ਚ ਪੈ ਗਈਆਂ, ਪੈਕਿੰਗ ਹੋ ਗਈ ਹੈ ਦੋਨਾਂ ਦੀ, ਅਤੇ ਕਰਨ ਠੀਕ ਆ, ਸ਼ੇਕ ਕੀਤੇ ਹੋਏ ਨਾ ਵਿੱਚ ਇਹਦੇ, ਹੈਂ ਸ਼ੇਕ ਹੋਏ ਨਾ ਵਿੱਚ, ਮਕੀ ਇਹਨਾਂ ਵਿੱਚ ਗੁੰਮ ਹੋ ਕੇ ਮਾਰੀ ਜਾਣ। ਚਲੋ ਠੀਕ ਆ, ਤੋ ਆਪਾਂ ਕਰ ਲਈ ਜੀ ਹੁਣ ਤਿਆਰੀ, ਅਤੇ ਹਿਲਣ ਕੇ ਹਿਲਣਗੀਆਂ ਦੋਨਾਂ ਵਿੱਚ, ਸਹਿਮ ਗਿਆ ਨਾ ਵਿੱਚ ਬਹਿ ਜਾਂਦੀਆਂ ਆਰਾਮ ਨਾਲ। ਚਲੋ ਆਹ ਲਓ ਜੀ, ਇਹ ਜਿੰਨੇ ਵੀ ਮਲਵਾਈ ਇਹਨਾਂ ਵਿੱਚ, ਇਹਨਾਂ ਦੇ ਮਕੀ ਰਲਵੇਂ ਜਿੰਨੇ ਵੀ ਸਾਰੇ ਸੇਲ ਆ, ਅਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਜ਼ਰੂਰ ਸਾਨੂੰ ਦੱਸ ਦੇ, ਅਤੇ ਬਿਲਕੁਲ ਘੱਟ ਰੇਟ 'ਤੇ ਸੇਲ ਕਰਦੇ ਹਾਂ ਜੀ। ਆ ਗਏ ਜੀ ਆਪਾਂ ਵਾਪਸ ਘਰ, ਅਤੇ ਜਿਹੜੀ ਬਜਸ ਦੋ ਲੈ ਕੇ ਆਉਂਦੀਆਂ ਉਹ ਵੀ ਲੈ ਆਏ ਹਾਂ, ਅਤੇ ਹੁਣ ਆਪਾਂ ਬਜਸ ਨੂੰ ਛੱਡਣ ਲੱਗੇ ਹਾਂ ਜੀ ਫਿਨਿਸ਼ ਦੇ ਨਾਲ, ਅਤੇ ਕਰਨ ਸਾਡੇ ਨਾਲ ਆ, ਅਤੇ ਚਲੋ ਆਪਾਂ ਛੱਡਦੇ ਨਾਲ ਦੇਖਦੇ ਹਾਂ ਵੀ ਕੀ ਰਿਐਕਸ਼ਨ ਹੁੰਦਾ ਉਹਨਾਂ ਦਾ। ਤਾਂ ਲਓ ਜੀ ਕਰਨ ਲੱਗਾ ਜੇ ਬਜਸ ਨੂੰ ਸ਼ਿਫਟ, ਕਰਨ ਫੜ ਇੱਕ ਇੱਕ ਕਰਕੇ ਕਰਨਗੇ ਜਾਂ ਲਿਫਾਫੇ ਵਿੱਚ ਰੱਖ ਲਾ, ਹਾਂ ਲਿਫਾਫਾ ਅੰਦਰ ਕਰਦੇ ਸਹੀ ਆ, ਅਤੇ ਬਾਹਰੋਂ ਬੰਦ ਬਾਹਰੋਂ ਹਾਂ ਇੱਦਾਂ ਕਰਦੇ 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 ਲਿਫਾਫਾ ਹੌਲੀ ਕੱਢ, ਮੂੰਹ ਖੋਲ ਦੇਣਾ ਇਹਨਾਂ ਕਿਉਂ। ਆ ਗਈ ਆ ਗਈ ਆ ਗਈ, ਵੈਰੀ ਗੁੱਡ, ਆ ਗਈ ਇੱਕ, ਅਤੇ ਦੂਸਰੀ ਵੀ ਨਹੀਂ ਆਈ, ਉਹ ਨਿਕਲ ਆਈਆਂ ਆਰਾਮ ਨਾਲ ਕਦੀ। ਲਓ ਜੀ ਦੋਨੋਂ ਬੱਜੀ ਸਾਡੀਆਂ ਆ ਗਈਆਂ ਜੀ,
ਵਾਈਟ ਵਾਲੀ ਸੋਨੀ, ਵਾਈਟ ਵਾਲੀ ਪੈਰ ਦੇ ਸੱਟ ਲੱਗੀ ਨਾ, ਇਹਨੂੰ ਬਲੱਡ ਲੱਗਾ ਮੂੰਹ ਦੇ ਦੇ ਤੇ ਆਪਾਂ ਇਹਨੂੰ ਲਾਉਂਦੇ ਕੋਈ ਦਵਾਈ ਦਵੀ ਪੈਰ ਤੇ। ਆ ਦੇਖੋ ਤੁਸੀਂ ਪੈਰ ਦੁਖਦਾ ਲੱਗਦਾ ਇਹਦਾ, ਉਹ ਦੇ ਐ ਉੱਡੀ। ਚਲੋ ਵਾਪਸ ਆ ਗਈ ਇੰਨਾ ਬਹੁਤ ਤੇ। ਚਲੋ ਜੀ ਆਪਾਂ ਹੁਣ ਲਾਉਂਦੇ ਹਾਂ ਜੀ ਕੇਜ ਦੇ ਤਰਪਾਲ ਲਾ ਦਿੰਦੇ ਸਾਰੇ ਦੇ। ਉਹ ਜੀ ਆਪਾਂ ਤਰਪਾਲ ਲੈ ਆਏ ਸੀ ਰਾਤੀ ਤੇ ਇੱਧਰ ਤਰਪਾਲ ਪਈ ਆ ਤੇ ਆਪਾਂ ਇਹਦੇ ਲਗਾ ਕੇ ਤਰਪਾਲ ਨੂੰ ਸਾਰੇ ਬੰਨੇ ਤੇ ਫਿਰ ਅੱਜ ਜਿਹੜੀਆਂ ਸਾਡੀਆਂ ਪਿੰਚਸ ਬਾਜੀਸ ਆ ਇਹਦੇ ਵਿੱਚ ਛੱਡ ਦਾਂਗੇ, ਠੀਕ ਹੈ ਜੀ। ਫਿਰ ਲਓ ਜੀ ਕਰਨ ਨੂੰ ਆਪਾਂ ਲੈ ਲੈਂਦੇ ਨਾਲ ਤੇ ਕਰਨ ਤੇ ਆਪਾਂ ਮਦਦ ਦੇ ਨਾਲ ਦੋਨੋਂ ਬੰਨੇ ਆਪਾਂ ਇਹਨੂੰ ਤਰਪਾਲ ਨੂੰ ਲਗਾ ਦਾਂਗੇ ਤੇ ਸਾਨੂੰ ਵੀ ਥੋੜ੍ਹਾ ਕੰਮ ਸੌਖਾ ਹੋ ਜਾਏਗਾ। ਤੇ ਵਿਸ਼ੇਸ਼ ਤੁਸੀਂ ਇੱਦਾਂ ਕਰੋ ਵੀ ਇਹਨਾਂ ਕੁੱਕੜਾਂ ਨੂੰ ਤੇ ਦਾਣੇ ਦੂਣੇ ਪਾ ਦਿਓ, ਠੀਕ ਹੈ ਜੀ। ਇਹਨਾਂ ਕਰੋਗੇ ਤੇ ਜਿਹੜੇ ਰੈਬਿਟ ਗਿੰਨੀ ਪਿੱਗ ਉਹਨਾਂ ਨੂੰ ਤੁਸੀਂ ਪੱਠੇ ਪਾ ਦਿਓ, ਠੀਕ ਆ। ਅਤੇ ਆਪਾਂ ਉਹਨਾਂ ਜੇ ਦੂਸਰਾ ਕੰਮ ਕਰ ਲੈਂਦੇ ਹਾਂ, ਇਹਨਾਂ ਨੂੰ ਵੀ ਪਾ ਦਿਓ ਦਾਣੇ। ਸੋ ਕਰਨ ਜਾਂ ਤੂੰ ਰਹਿ ਕੇ ਦਾਣੇ ਪਾ ਦੇ ਕਿ ਮੈਂ ਪਾਦਾ। ਚਲੋ ਮੈਂ ਪਾ ਦਿੰਦਾ ਦਾਣੇ ਜੀ। ਵੀਰੇ ਆਪਾਂ ਨਾ ਤਰਪਾਲ ਲਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ, ਤੁਸੀਂ ਦੇਖ ਸਕਦੇ ਹੋ ਅਤੇ ਕਾਫੀ ਤਰਪਾਲ ਸਾਡੀ ਲੱਗੀ ਹੋਈ ਆ ਅਤੇ ਪੰਗਾ ਪੈ ਗਿਆ ਅਤੇ ਇੱਥੇ ਆ ਗਏ ਸਰੀਆਂ ਦਾ ਦਰਅਸਲ ਸਰੀਏ ਜਿਹੜੇ ਇੱਧਰ ਨੂੰ ਉਰੇ ਨੂੰ ਆ ਅਤੇ ਉਹ ਤਰਪਾਲ ਨੂੰ ਸੈੱਟ ਨਹੀਂ ਕਰਨ ਦੇਣ ਦੇ ਹੈਗੇ ਅਤੇ ਕੁਛ ਨਾ ਕੁਛ ਕਰਦੇ ਹਾਂ, ਥੋੜ੍ਹਾ ਕੰਮ ਸਾਡਾ ਰੁਕ ਗਿਆ ਵਾ, ਠੀਕ ਹੈ ਜੀ। ਅਤੇ ਬਾਹਰਲੀ ਸਾਈਡ 'ਤੇ ਆਪਾਂ ਬਾਅਦ ਵਿੱਚ ਦੂਸਰੀ ਤਰਪਾਲ ਹੈਗੀ ਆ ਉਹ ਆਪਾਂ ਇੱਧਰਲੀ ਸਾਈਡ 'ਤੇ ਲਗਾ ਦਾਂਗੇ ਅਤੇ ਸਾਡਾ ਕੇਜ ਤਿਆਰ ਹੋਣਾ ਵਾ। ਕੋਸ਼ਿਸ਼ ਕਰਦੇ ਪਏ ਆਪਾਂ ਕਿ ਇਹਨੂੰ ਸੈੱਟ ਕਰੀਏ ਅਤੇ ਜਦੋਂ ਸੈੱਟ ਹੋਏਗੀ ਫਿਰ ਆਪਾਂ ਸਾਰਾ ਕੰਪਲੀਟ ਕਰਕੇ ਫਿਰ ਬਾਜੀ ਛੱਡਾਂਗੇ, ਠੀਕ ਹੈ ਜੀ। ਸੋ ਬਣੇ ਰਹੋ ਵੀਡੀਓ 'ਤੇ। ਮਿੱਤਰੋ ਸਾਡਾ ਹੋ ਗਿਆ ਜੀ ਫਾਈਨਲ ਕੇਜ ਦਾ ਅਤੇ ਆਪਾਂ ਇਹਨੂੰ ਤਰਪਾਲ ਲਗਾ ਦਿੱਤੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਅਤੇ ਮੈਂ ਤੁਹਾਨੂੰ ਇੱਕ ਵਾਰੀ ਅੰਦਰ ਵੀ ਵਿਖਾ ਦਿੰਦੇ ਹਾਂ। ਲਓ ਜੀ ਅਤੇ ਹੁਣ ਵਿੱਚ ਹਵਾ ਆਉਣ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਅਤੇ ਥੋੜ੍ਹਾ ਆਪਾਂ ਛੱਡਿਆ ਵੀ ਹੈਗਾ ਜਿਹੜਾ ਥੱਲੀ ਸਾਈਡ ਤੋਂ ਅਤੇ ਥੋੜ੍ਹੀ ਬਹੁਤੀ ਹਵਾ ਚਾਹੀਦੀ ਵੀ ਹੈਗੀ ਅੰਦਰ ਅਤੇ ਇਸ ਕਰਕੇ ਆਪਾਂ ਥੋੜ੍ਹੀ ਤਰਪਾਲ ਵੀ ਸਾਡੇ ਕੋਲ ਛੱਡ ਗਈ ਅਤੇ ਬਾਕੀ ਆਪਾਂ ਵੈਲਟੀਨੇਸ਼ਨ ਇੱਥੇ ਛੱਡ ਦਿੱਤੀ ਹੈ ਸਾਰੀ ਇੱਕ ਸਾਈਡ ਦੇ ਤੋਂ ਅਤੇ ਹੁਣ ਆਪਣਾ ਕਰਨਵੀਰ ਲੈ ਕੇ ਆਊਗਾ ਜੀ ਬਾਜੀ ਫਿੰਚਸ, ਹਾਂਜੀ ਠੀਕ ਹੈ ਜੀ। ਅਤੇ ਲੈ ਕੇ ਤਾਂ ਆਪਾਂ ਛੱਡ ਦਿੰਦੇ ਹਾਂ ਅੱਜ ਜੀ। ਕਾਫੀ ਦਿਨਾਂ ਦਾ ਸਾਡਾ ਇਹ ਪੈਂਡਿੰਗ ਪੈਂਦਾ ਪਿਆ ਸੀ ਬਾਜਿਸ ਵਾਲਾ ਸਿਸਟਮ ਜੋ ਵੀ ਸੀ ਅਤੇ ਅੱਜ ਕਾਫੀ ਦਿਨਾਂ ਤੋਂ ਬਾਅਦ ਆਪਾਂ ਬਾਜਿਸ ਲੈ ਕੇ ਅਤੇ ਵੱਡੇ ਕੇਜ ਛੱਡ ਲੱਗੇ ਹਾਂ। ਸੋ ਰੱਬ ਮਿਹਰ ਕਰੇ ਕਿ ਵਧੀਆ ਰਹਿਣ ਇੱਥੇ ਅਤੇ ਪ੍ਰਫੁੱਲਿਤ ਹੋਣ ਅਤੇ ਵੱਧ ਤੋਂ ਵੱਧ ਇੱਥੇ ਆਂਡੇ ਬੱਚੇ ਦੇਣ, ਠੀਕ ਹੈ ਜੀ। ਉਮੀਦ ਕਰਦੇ ਵੀ ਸਹੀ ਤਰੀਕੇ ਨਾਲ ਇੱਥੇ ਰਹਿਣਗੀਆਂ। ਸੋ ਲਓ ਜੀ ਚਲੀਏ ਸਾਰੇ ਸਾਡੇ ਮੱਥਾ ਟੇਕ ਕੇ, ਆਹ ਦੇਖੋ ਸਾਰੇ ਮੱਥਾ ਟੇਕਣੇ ਆ ਅਤੇ ਨਹੀਂ ਇਹਦੇ ਵਿੱਚ ਪਾਣੀ ਤਾਂ ਆਪਾਂ ਰੱਖਣਾ ਨਾ, ਕੌਲੀ ਪਾਣੀ ਵਾਲੀ ਰੱਖ ਦਾਂਗੇ ਨਾ ਅਤੇ ਉਹ ਡੁੱਲੂਗੇ ਨੇ, ਨਹੀਂ ਨਹੀਂ ਠੀਕ ਹੈ ਪਰ ਆਪਾਂ ਉਸ ਹਿਸਾਬ ਨਾਲ ਰੱਖਦੇ ਪਏ ਵੀ ਮੈਂ ਸ਼ਾਇਦ ਪਾਣੀ ਦੀ ਕੌਲੀ, ਬਾਕੀ ਆਪਾਂ ਪਲੇਟ ਰੱਖਾਂਗੇ ਅਤੇ ਫਿਲਹਾਲ ਰਹਿਣ ਦਿੰਦੇ ਹਾਂ ਕੀ ਕਹਿੰਦੇ ਤੁਹਾਡਾ ਧਿਆਨ ਜਿੱਦਾਂ ਤੁਸੀਂ ਕਹੋਗੇ ਬਾਕੀ ਕੱਢ ਦੋ ਮੈਂ ਨਾ। ਚਲੋ ਵੇਖ ਲੈਂਦੇ ਆਪਾਂ ਜੀ ਅੰਦਰ ਵੜ ਕੇ ਆਪਾਂ ਬੰਦ ਕਰਨਾ ਅਤੇ ਕੋਈ ਚੁਟਕਣੀ ਤਾਂ ਲਗਾਈ ਨਹੀਂ ਅਤੇ ਇਹ ਵਾਲਾ ਜੁਗਾੜ ਲਾਇਆ ਵਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੀ ਕਿਤੇ ਅੜੇ ਉੱਥੇ ਅੜਾ ਲਿਆ ਕਰਨੀ ਆਪਾਂ, ਠੀਕ ਹੈ ਜੀ। ਅਤੇ ਹੁਣ ਇਹ ਬਾਹਰ ਨੂੰ ਖੁੱਲ੍ਹੇਗਾ ਨਹੀਂ ਦਰਵਾਜ਼ਾ ਅਤੇ ਆਪਾਂ ਸਾਰੇ ਅੰਦਰ ਹਾਂ ਤੁਸੀਂ ਦੇਖ ਸਕਦੇ ਹੋ। ਚਲੋ ਜੀ ਕਰਨ ਖੁੱਲ੍ਹੇ ਲੱਗਾ ਜੀ ਆਪਣੇ ਸ਼ੁਭ ਹੱਥਾਂ ਦੇ ਨਾਲ ਬਜਿਸ ਨੂੰ ਖੋਲ੍ਹ ਦਿਓ, ਓਪਨ ਕਰ ਦਿਓ ਅਤੇ ਬਾਹਰ ਆ ਜਾਓ। ਵਿਸ਼ੇਸ਼ ਤੁਸੀਂ ਇੱਧਰ ਆ ਜਾਓ, ਵਿਸ਼ੇਸ਼ ਰੁਕੋ ਇੱਧਰ ਆ ਜਾਓ, ਇੱਧਰ ਆ ਜਾਓ ਤੁਸੀਂ, ਇੱਧਰ ਆ ਜਾਓ, ਇੱਕੋ ਇਕੱਲੇ ਇਕੱਲੇ ਵੀਰ ਨੇ ਕੱਲਣਾ, ਇੱਧਰ ਆ ਜਾਓ ਤੁਸੀਂ। ਹਾਂ ਜੀ ਇੱਕ ਇਹਨੂੰ ਖੋਲ ਦੋ ਨਾ, ਇੱਥੋਂ ਰੱਖੋ ਤਾਂ ਨੂੰ ਤੇ ਇੱਧਰ ਨੂੰ ਕਰ ਦਿਓ ਬਸ, ਉਹ ਨਾ ਆਪੇ ਆਉਣਾ ਬਾਹਰ, ਥੋੜ੍ਹਾ ਪਿੱਛੇ ਕਰ ਦਿਓ ਕੇਸ। ਚਲੋ ਕੱਢੋ। ਲਓ ਜੀ ਸਾਡੀ ਇੱਕ ਬਜਿਸ ਆ ਗਈ ਨਵੀਂ, ਹੋ ਗਈ ਜੀ। ਤੇ ਲਓ ਜੀ ਵਾਓ ਮੇਰੇ ਸਿਰ ਤੇ ਬੈਠ ਗਈ ਯਾਰ ਇੱਕ, ਉਹ ਦੇਖੋ ਜਾਵਾ ਉਹ ਸਾਹਮਣੇ ਜਾਵਾ ਫਿੰਚ ਆ ਗਈ ਇੱਕ ਹੋਰ। ਲਓ ਜੀ ਸਾਰੀਆਂ ਤਕਰੀਬਨ ਆ ਗਈਆਂ, ਇੱਕ ਜਾਵਾ ਫਿੰਚ ਆ ਦੇਖੋ। ਵਾਹ ਯਾਰ ਕਿੱਡਾ ਵਧੀਆ ਲੱਗਦਾ ਪਿਆ ਨਾ ਮਾਹੌਲ, ਦੇਖੋ ਵਾਈਟ ਵਾਲੀ ਸਾਡੀ ਬਜਿਸ ਜਿਹਦੇ ਪੈਰ ਤੇ ਸੱਟ ਲੱਗੀ ਆ, ਆਹ ਦੇਖੋ ਤੁਸੀਂ ਤੇ ਸਾਰੀਆਂ ਆ ਗਈਆਂ ਬਾਹਰ। ਹਾਂ ਇੱਕ ਜਾਵਾ ਸਾਡੀ ਇੱਧਰ ਆ ਗਈ,
ਹਾਂ ਇਹ ਥੋੜਾ ਥੋੜੇ ਉੱਡਦੀਆਂ ਯਾਰ, ਥੱਕ ਜਾਂਦੀਆਂ ਨਾ ਜਲਦੀ। ਲਓ ਜੀ ਤੁਹਾਨੂੰ ਸਾਰੀਆਂ ਦਿਖਾ ਦਿੰਦੇ ਇੱਕ ਵਾਰੀ। ਲਓ ਜੀ ਚੈੱਕ ਕਰੋ ਤੁਸੀਂ ਸਾਡੀਆਂ ਜਾਵਾ ਫਿੰਚ। ਲਓ ਜੀ ਕਰਨ ਹੁਣੀ ਸਾਰੇ ਬਾਹਰ ਚਲੇ ਗਏ ਆ ਤੇ ਰੋਹਨ ਵੀ, ਤੇ ਬਾਹਰੋਂ ਕੁੰਡੀ ਲਗਾ ਕੇ ਰੱਖਿਓ ਕਰਨ, ਠੀਕ ਆ। ਆਪਾਂ ਅੰਦਰੋਂ ਖੋਲ ਦਿੱਤੀ ਹੈ ਕੁੰਡੀ, ਤੁਸੀਂ ਬਾਹਰ ਖੋਲ ਕੇ ਰੱਖਿਓ, ਤੇ ਬਾਕੀ ਆਸ ਕਰਦੇ ਕਿ ਸਾਰੀਆਂ ਅੰਦਰ ਖੁਸ਼ ਰਹਿਣਗੀਆਂ ਜੀ, ਠੀਕ ਹੈ ਜੀ। ਤੇ ਇੱਥੇ ਆਈਆਂ ਜੀ ਬਜਿਸ 5 ਤੇ 2 7, ਠੀਕ ਹੈ ਜੀ। ਕਰਨ ਦਾ ਧਿਆਨ ਹੈ ਕਿ ਜਿਹੜੀਆਂ ਥੱਲੇ ਬਜਿਸ ਵਾ ਨਾ ਉਹਨਾਂ 'ਚੋਂ ਵੀ ਆਪਾਂ 2 ਜੋੜੇ ਫਰੀ ਜੋੜੀਆਂ ਜਿਹੜੀਆਂ ਫਰੀ ਹੈ ਨਾ ਉਹ ਆਪਾਂ ਲੈ ਕੇ ਛੱਡ ਦਿੰਦੇ ਹਾਂ, ਥੋੜ੍ਹਾ ਵਧੀਆ ਲੱਗੇ। ਕਿਉਂ ਕਰਨ, ਠੀਕ ਹੈ ਨਾ। ਚਲੋ ਫਿਰ ਚੱਲਦੇ, ਓਕੇ। ਆਪਾਂ ਉਹ ਵੀ ਪੂਰਾ ਕਰ ਦਿੱਤਾ ਵਾ ਅਤੇ ਤੁਸੀਂ ਦੇਖ ਸਕਦੇ ਕਿ ਆਪਾਂ ਤੇਲ 'ਚ ਲਾਈਟ ਲਗਾ ਦਿੱਤੀ ਆ ਅਤੇ ਸਾਡੀਆਂ ਫਿੰਚਿਸ ਬਜਿਸ ਸਾਰੀਆਂ ਇਕੱਠੀਆਂ ਹੋ ਗਈਆਂ ਵਾ, ਅਤੇ ਅਸੀਂ ਦੇਖ ਸਕਦੇ ਵੀ ਆਪਾਂ 100 ਵਾਟ ਦਾ ਬਲਬ ਲਗਾ ਦਿੱਤਾ ਵਾ ਅਤੇ ਸਾਡੀਆਂ ਬਜਿਸ ਫਿੰਚਿਸ ਤੁਸੀਂ ਸਾਰੀਆਂ ਦੇਖ ਸਕਦੇ ਹੋ, ਆਹ ਦੇਖੋ, ਠੀਕ ਹੈ ਜੀ। ਅਤੇ ਕਾਫੀ ਮੈਨੂੰ ਲੱਗਦਾ ਇੱਥੇ ਖੁਸ਼ ਵਾ ਸਾਰੀਆਂ, ਅਤੇ ਉਮੀਦ ਕਰਦੇ ਕਿ ਸਾਰੀਆਂ ਖੁਸ਼ ਹੀ ਰਹਿਣਗੀਆਂ। ਅਤੇ ਇੱਕ ਆਪਾਂ ਇਹਦੇ ਉੱਤੇ ਰੈਸਟ ਵਾਲਾ ਉਹਨਾਂ 'ਤੇ ਲਗਾ ਦਿੱਤਾ ਵਾ ਕਿ ਇੱਥੇ ਬਹਿਣਗੀਆਂ ਅਤੇ ਉਹਨਾਂ ਨੂੰ ਨਿੱਘ ਮਿਲੂਗਾ, ਥੋੜ੍ਹਾ ਜਿਹਾ ਠੰਡ ਲੱਗੇਗੀ ਤਾਂ ਇੱਥੇ ਬਹਿਣਗੀਆਂ, ਠੀਕ ਹੈ ਜੀ। ਸੋ ਉਮੀਦ ਕਰਦੇ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਏਗਾ, ਸਾਰਿਆਂ ਨੂੰ ਵਧੀਆ ਲੱਗਾ ਹੋਏਗਾ ਜੀ, ਠੀਕ ਹੈ ਜੀ। ਸੋ ਵਧੀਆ ਲੱਗਾ ਤਾਂ ਜ਼ਰੂਰ ਕਮੈਂਟਾਂ 'ਚ ਸਾਨੂੰ ਦੱਸਣਾ, ਜੇ ਕੋਈ ਕਮੀ ਪੇਸ਼ੀ ਰਹਿ ਗਈ ਤਾਂ ਉਹ ਵੀ ਦੱਸਣਾ। ਦੀ ਬਦੌਲਤ ਆ ਕਰਨ ਸਾਡੇ ਨਾਲ ਹੀ ਤਾਂ ਹੋ ਗਿਆ ਵਾ, ਇਕੱਲੇ ਦੇ ਕੋਲ ਤਾਂ ਬੜਾ ਔਖਾ ਸੀ, ਆਪਾਂ ਹੁਣ ਘੱਟੋ ਘੱਟ ਨਹੀਂ ਤਾਂ 9:30 ਵੱਜ ਗਏ ਆ, ਅਤੇ ਅਸੀਂ ਰਾਤ ਤੱਕ ਅਸੀਂ ਕੰਪਲੀਟ ਕਰਕੇ ਅਤੇ ਫਿਰ ਹੀ ਆਪਾਂ ਜਾਵਾਂਗੇ। ਅਤੇ ਕਰਨ ਸਾਡਾ ਬਾਹਰ ਆ, ਤੁਸੀਂ ਦੇਖ ਸਕਦੇ ਹੋ ਕਰਨ, ਅਤੇ ਸਾਡਾ ਵਿਸ਼ੇਸ਼ ਇਹ ਵੀ ਨਹੀਂ ਸੁੱਤਾ ਹੈਗਾ ਹਲੇ, ਅਤੇ ਸਾਰਿਆਂ ਦਾ ਸਹਿਯੋਗ ਆ ਜੀ, ਸਾਰਿਆਂ ਦੇ ਨਾਲ ਇਹ ਸਾਰਾ ਕੰਮ ਹੋ ਗਿਆ ਵਾ, ਠੀਕ ਹੈ ਜੀ। ਸੋ ਵਧੀਆ ਲੱਗੇ ਨਾ ਤਾਂ ਜ਼ਰੂਰ ਕਮੈਂਟਾਂ 'ਚ ਦੱਸਣਾ, ਠੀਕ ਹੈ ਜੀ। ਸੋ ਲਓ ਜੀ ਬਾਹਰਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕਿ ਬਾਹਰਲੀ ਸਾਈਡ ਤੋਂ ਵੀ ਬਹੁਤ ਸੋਹਣਾ ਲੱਗਦਾ ਪਿਆ ਵਾ ਕੇਸ, ਅਤੇ ਆਪਾਂ ਲੈਟ ਜਗਦੀ ਰਹਿਣ ਦਾਂਗੇ ਰਾਤ ਤਾਂ ਕਿ ਇਹਨਾਂ ਨੂੰ ਥੋੜ੍ਹਾ ਠੰਡ ਤੋਂ ਬਚਾ ਰਹੇਗਾ। ਅਤੇ ਮੈਂ ਦੂਰੋਂ ਤੋਂ ਇਹਨਾਂ ਦੀ ਲੋਕੇਸ਼ਨ ਦੱਸਦਾ ਵਾ ਕਿ ਵਧੀਆ ਲੱਗਦਾ ਪਿਆ ਨਾ। ਸੋ ਦੇਖ ਸਕਦੇ ਤੁਸੀਂ ਕਿ ਕਾਫੀ ਸੋਹਣਾ ਲੱਗਦਾ ਪਿਆ ਬਾਹਰੋਂ ਵੀ, ਦੇਖ ਜਾ ਕਿੰਨਾ ਸੋਹਣਾ ਲੱਗਦਾ ਪਿਆ ਨਾ ਸਾਹਮਣੇ, ਕਾਫੀ ਸੋਹਣਾ ਲੱਗਦਾ ਪਿਆ ਵਾ। ਸੋ ਉਮੀਦ ਕਰਦਾ ਵੀ ਸਾਰਿਆਂ ਨੂੰ ਬਹੁਤ ਪਸੰਦ ਆਊਗਾ, ਅਤੇ ਕਮੈਂਟਾਂ ਵਿੱਚ ਇਹੀ ਕਹਿਣਗੇ ਕਿ ਯਾਰ ਬਹੁਤ ਵਧੀਆ ਕੀਤਾ ਵਾ। ਅਤੇ ਬਾਕੀ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਸਾਰੇ, ਠੀਕ ਹੈ ਜੀ। ਸੋ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਲਿਓ, ਠੀਕ ਹੈ ਜੀ। ਕਰਦੇ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਵਧੀਆ ਲੱਗੀ ਤਾਂ ਇੱਕ ਲਾਈਕ ਕਰ ਦੇਣਾ ਜੀ, ਚੈਨਲ 'ਤੇ ਨਵੇਂ ਤੋਂ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਸ਼ੇਅਰ ਕਰੋ ਤਾਂ ਕਿ ਆਪਾਂ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਬਣਾ ਸਕੀਏ। ਸੋ ਮਿਲਦੇ ਨੈਕਸਟ ਵੀਡੀਓ 'ਤੇ ਆਵਾਂਗੇ ਜੀ। ਸੋ ਓਕੇ ਜੀ, ਬਾਏ। This is a fayda. Good.